ਤੈਨੂੰ ਵੀ ਕੁਛ ਬਣ ਕੇ ਟੱਕਰੂ ਪਰਾਉਣਾ, ਚੱਲ ਭੈਣੇ ਆਪਾਂ ਚੱਲੀਏ। ਅੱਜ ਕੱਲ੍ਹ ਮੋਬਾਈਲ ਦੇ ਵਿੱਚ ਪਤਾ ਨਹੀਂ ਕੀ ਕੁਛ ਆਈ ਜਾਂਦਾ ਵੇਖਣ ਨੂੰ। ਸਤਿ ਸ਼੍ਰੀ ਅਕਾਲ ਮਾਸਰੀ। ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ ਭਾਈ ਸਾਹਿਬ? ਹੋਰ ਠੀਕ ਹੋ ਪੁੱਤ? ਹਾਂ ਹਾਂ ਵਧੀਆ। ਬੈਠੋ ਬੈਠੋ, ਹੋਰ ਘਰੇ ਸਭ ਠੀਕ ਠਾਕ ਹੈ? ਉਹ ਅਮਨ ਪੁੱਤ ਆ ਪਾਣੀ ਲੈ ਕੇ ਆ। ਹੋਰ ਸੁਣਾਓ, ਠੀਕ ਹੈ ਸਭ? ਫਸਲ ਵਾੜੀ ਠੀਕ ਹੈ? ਚਲੋ ਵਧੀਆ ਗੱਲ ਆ, ਮੀਮੂ ਦੀ ਬੱਚਤ ਹੈ। ਹੋਰ ਭਾਈ ਤੇਰੀ ਪੜ੍ਹਾਈ ਪੂਰੀ ਠੀਕ ਚੱਲਦੀ? ਹਾਂ ਜੀ ਹਾਂ ਵਧੀਆ ਚੱਲਦੇ ਮਾਸੜੀ, ਵਧੀਆ। ਚਲੋ ਵਧੀਆ ਗੱਲ। ਸਤਿ ਸ਼੍ਰੀ ਅਕਾਲ ਬਾਪੂ ਜੀ। ਹਾਂ ਲੈ ਲਓ ਪਾਣੀ। ਲਓ ਵੀਰੇ, ਲਓ ਬਾਪੂ ਜੀ, ਤੁਸੀਂ ਵੀ ਪੀਓ। ਹੋਰ ਬਾਪੂ ਜੀ, ਬੇਬੇ ਠੀਕ ਹੈ? ਹਾਂ ਜੀ ਹਾਂ ਜੀ, ਬਹੁਤ ਵਧੀਆ ਭਾਈ। ਲੈ ਬਤ ਕੀ ਗੱਲ ਹੋ ਗਈ ਭਾਈ ਸਾਹਿਬ, ਪ੍ਰਾਹੁਣੇ ਨੇ ਫੋਨ ਕਰਿਆ ਸੀਗਾ। ਉਹ ਗੱਲ ਕੀ ਹੋਣੀ ਆ ਬਾਈ, ਨਾਲੇ ਤੈਨੂੰ ਪਤਾ ਹੈ ਘਰਾਂ ਦੇ ਵਿੱਚ ਆਹ 19-21 ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ। ਛੋਟੀ ਮੋਟੀ ਗੱਲ ਨਹੀਂ ਹੈਗੀ ਮਾਸੜੀ, ਦੀਪ ਨੇ ਮੈਨੂੰ ਫੋਨ ਕਰਿਆ ਸੀ, ਕਹਿੰਦਾ ਆਪਦੀ ਭੈਣ ਨੂੰ ਆ ਕੇ ਲੈ ਜਾਓ। ਐਡਾ ਹੀ ਕਸੂਰ ਹੋ ਗਿਆ ਮੇਰੀ ਭੈਣ ਤੋਂ? ਕਸੂਰ ਤਾਂ ਤੁਹਾਡਾ ਵੀਰੇ, ਇੱਕ ਨੂੰ ਤਾਂ ਇੰਨਾ ਸਮਾਨ ਦੇਤਾ ਤੇ ਮੈਨੂੰ ਘੱਟ, ਹੁਣ ਸੁਣਨੀਆਂ ਤਾਂ ਪੈਣਗੀਆਂ। ਭੈਣੇ ਅਗਲਾ ਤਾਂ ਨੌਕਰੀ ਤੇ ਲੱਗਿਆ ਹੋਇਆ, ਚੜੇ ਮਹੀਨੇ 80,000 ਆਉਂਦਾ, ਗੱਡੀ ਦੇਣੀ ਤਾਂ ਅਗਲੇ ਨੂੰ ਬਣਦੀ ਸੀ। ਵੀਰੇ ਮੈਂ ਤਾਂ ਇਹ ਗੱਲ ਸਮਝਦੀ ਹਾਂ, ਪਰ ਇਹ ਨਹੀਂ ਨਾ ਸਮਝਦੇ ਮੇਰਾ ਤਾਂ ਨਾ ਬਸ ਜੀਣਾ ਵੀ ਇਹਨਾਂ ਨੇ ਦੁੱਬਰ ਕਰ ਰੱਖਿਆ ਗਾ। ਨਾਲੇ ਫਿਰ ਇਹ ਤਾਂ ਐਂ ਕਹਿੰਦੇ ਨੇ ਜਿੰਨਾ ਚਿਰ ਗੱਡੀ ਨਹੀਂ ਨਾ ਲੈ ਕੇ ਆਉਂਦੀ ਮੈਂ ਤਾਂ ਤੇਰੇ ਨਾਲ ਬੋਲਦਾ ਹੀ ਨਹੀਂ। ਉਹ ਭੈਣੇ ਤੈਨੂੰ ਪਤਾ ਤਾਂ ਹੈਗਾ, ਛੋਟੀ ਭੈਣ ਦਾ ਵਿਆਹ ਕਰਕੇ ਹਟਿਆ, ਹਜੇ ਤੱਕ ਤਾਂ ਉਹੀ ਕਰਜ਼ਾ ਨਹੀਂ ਉਤਰਿਆ ਹੈਗਾ, ਕਿੱਥੋਂ ਦੇ ਦੀਏ, ਗੱਡੀ ਗੁਜਾਇਸ਼ ਨਹੀਂ ਹੈਗੀ ਸਾਡੇ 'ਚ। ਉਹ ਕਿਹੜੀ ਗੱਡੀ ਦੀਆਂ ਗੱਲਾਂ ਕਰਦੇ ਹੋਗੇ, ਇਹ ਸਾਡੇ ਤਾਂ ਬੋਲੇ ਹੋ ਰਹੇ ਨੇ, ਸਾਰਾ ਦਿਨ ਗੱਡੀ ਗੱਡੀ ਲਾਈ ਰੱਖਦੇ। ਆਹੋ ਅਸਤਾਪੀ ਬੋਲੇ ਹੋ ਰਹੇ ਆ, ਉਹਦੇ ਚੁੱਪ ਕਰਾ, ਬਹੁਤਾ ਨਹੀਂ ਬੋਲੀਦਾ ਹੁੰਦਾ। ਆਹੋ ਮੈਨੂੰ ਚੁੱਪ ਕਰਾਈ ਜਾਈ, ਇਹਨਾਂ ਨੂੰ ਕਹੀਂ ਕੁਛ ਆ। ਬਾਪੂ ਜਾਂ ਤਾਂ ਇਹਨਾਂ ਨੂੰ ਗੱਡੀ ਲੈ ਕੇ ਦੇ ਦਿਓ ਜਾਂ ਫਿਰ ਮੈਨੂੰ ਜ਼ਹਿਰ ਲਿਆ ਦਿਓ। ਨਾ ਮੈਂ ਲੈ ਕੇ ਦੇਵਾਂ ਤੈਨੂੰ ਜ਼ਹਿਰ, ਕੱਟਾਂ ਤੇਰੀ ਰਾਂ ਦਾ। ਐਵੇਂ ਨਹੀਂ ਮਰਦੀ ਮੈਂ। ਮਾਸੜੀ 4 ਸਾਲ ਹੋ ਗਏ ਵਿਆਹ ਨੂੰ, ਹੁਣ ਇਹ ਗੱਡੀ ਮੰਗਦਾ। ਉਹ ਕੋਈ ਨਾ ਭਾਈ, ਇਹਨੂੰ ਤਾਂ ਮੈਂ ਆਪੇ ਸਮਝਾ ਦੂੰਗਾ। ਨਾਲੇ ਬੋਲਦਾ ਦੇਖ ਕੇ ਮੈਂ ਮੇਰੀ ਭੈਣ ਨੂੰ ਇਹ। ਉਹ ਬਾਪੂ ਤੂੰ ਚੁੱਪ ਕਰ, ਗੱਲ ਸੁਣ ਲਓ ਮੇਰੀ, ਜੇ ਆਪਦੀ ਭੈਣ ਨੂੰ ਇੱਥੇ ਵਸਾਉਣਾ ਨਾ ਤਾਂ ਚੁੱਪ ਕਰਕੇ ਗੱਡੀ ਦਾ ਹੀਲਾ ਕਰੋ, ਨਹੀਂ ਤਾਂ ਲੈ ਜਾਓ ਨਾ ਇੱਥੋਂ। ਉਹ ਪ੍ਰਾਹੁਣਾ ਤੇਰਾ ਵੀ ਲੱਗ ਗਿਆ ਪਤਾ, ਤੈਨੂੰ ਸਾਡੀ ਭੈਣ ਨਾਲ ਨਹੀਂ ਗੱਡੀ ਨਾਲ ਪਿਆਰ ਹੈਗਾ। ਚੱਲ ਬਾਪੂ ਆਪਾਂ ਲੈ ਕੇ ਚੱਲੀਏ ਭੈਣ ਨੂੰ, ਇੱਥੇ ਹੀ ਰੱਖਣੀ ਆਪਾਂ ਕੁੜੀ। ਲੈ ਜਾਓ ਆਪਣੀ ਮੈਂ ਕਿਹਨਾਂ ਤੋਂ। ਚੱਲ ਭੈਣੇ, ਚੱਲ ਭੈਣੇ ਖੜੀ ਹੋ। ਉਹ ਪੁੱਤਾਂ ਤੁਸੀਂ ਬੜੇ ਨਰਮਾਈ ਨਾਲ ਚੱਲ, ਤੈਨੂੰ ਵੀ ਕੁਛ ਬਣ ਕੇ ਟੱਕਰੂ ਪਰਾਉਣੇ ਆ। ਚੱਲ ਭੈਣੇ ਆਪਾਂ ਚੱਲੀਏ। ਉਹ ਮੁੰਡਿਆ ਤੈਨੂੰ ਕਿੰਨੀ ਵਾਰੀ ਸਮਝਾਇਆ ਸੀਗਾ, ਆਹ ਗੱਡੀ ਗੱਡੀ ਨਾ ਕਰਿਆ ਕਰ, ਹੁਣ ਪਾਲੀ ਜਿਹੜੀ ਟਾਕੀ ਨੂੰ ਪਾਏਗਾ ਹੱਥ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤਾਂ ਠੀਕ ਹੈ, ਹਾਓ ਕੀ ਗੱਲ ਹੈ? ਜਨਾਬ ਮੈਂ ਦੱਸਦਾ ਗੱਲ ਕੀ ਹੈ, ਨਾਲੇ ਤਾਂ ਮੇਰੀ ਭੈਣ ਨੂੰ ਕੁੱਟਦੇ ਨੇ, ਨਾਲੇ ਉਹ ਤੋਂ ਮੰਗਦੇ ਨੇ ਗੱਡੀ। ਹਾਂ ਓਏ ਫੜਾਵਾਂ ਤੈਨੂੰ ਚਾਬੀਆਂ। ਉਹ ਨਾ ਨਾ ਜਨਾਬ ਜੀ, ਇੱਦਾਂ ਹੁਣ ਝੂਠ ਬੋਲੀ ਜਾਂਦਾ ਜੀ, ਇੱਦਾਂ ਦੀ ਭੈਣ ਨਾਲ ਮਾੜੀ ਮੋਟੀ ਲੜਾਈ ਹੋਈ ਹੈ ਜੀ, ਰੁਸ ਕੇ ਭਾਗ ਗਏ ਉਰੋਂ, ਹੁਣ ਦੱਸੋ ਮੇਰਾ ਕੀ ਕਸੂਰ ਆ ਜੀ 'ਚ? ਉਹ ਪੁੱਤਰ ਤੈਨੂੰ ਆਖਿਆ ਦੱਸੀ, ਮੈਂ ਇਹਨੂੰ ਆਪੇ ਸਮਝਾ ਦੂੰਗਾ, ਐਡੀ ਗੱਲ ਵਧਾਉਣ ਦੀ ਕੀ ਲੋੜ ਸੀ? ਜਨਾਬ ਤੁਸੀਂ ਆਪ ਹੀ ਦੇਖ ਲਓ ਜੀ, ਸਾਡੇ ਘਰ 'ਚ ਕਿਸੇ ਦੀ ਥੋੜ੍ਹਾ ਹੈਗੀ ਹੈ ਜੀ, ਰੱਬ ਨੇ ਸਾਰਾ ਕੁਛ ਸਾਨੂੰ ਬਖਸ਼ ਰੱਖਿਆ ਜੀ, ਇਹ ਤਾਂ ਵੀ ਝੂਠ ਬੋਲਦੇ ਨੇ ਜੀ। ਅਸੀਂ ਕਾਹਨੂੰ ਤੰਗ ਕੀਤਾ ਜੀ ਇਹਨਾਂ ਦੀ ਕੁੜੀ ਨੂੰ, ਨਾਲੇ ਜੇ ਗੱਡੀ ਇਹਨੇ ਚਲਾਉਣੀ ਹੋਈ ਤਾਂ ਘਰੇ ਅਸੀਂ ਆਪ ਲੈ ਲਾਂਗੇ। ਉਹ ਜਨਾਬ ਇਹ ਐਂ ਨਹੀਂ ਸਮਝਦੇ, ਇਹਨਾਂ ਨੂੰ ਤਾਂ ਚੰਗੀ ਤਰ੍ਹਾਂ ਸਮਝਾਉਣਾ ਪਊ, ਕੋਈ ਨਾ ਦਬਾਉਣਾ ਤੁਹਾਨੂੰ ਕਾਰਾਂ। ਸਾਹਿਬ ਜੀ ਮੈਂ ਦੱਸਦੀ ਹਾਂ ਤੁਹਾਨੂੰ, ਨਾ ਤਾਂ ਘਰੇ ਕੋਈ ਕੰਮ ਕਰਦੇ ਆ, ਸਾਰਾ ਦਿਨ ਮੋਬਾਈਲ ਦੇਖਦੀ ਰਹਿੰਦੀ ਆ, ਜਿਹਨੂੰ ਕੰਮ ਨੂੰ ਕਹਿ ਦਈਏ ਤਾਂ ਤੇ ਮੰਨੋ ਪੈ ਜਾਂਦੀ ਆ, ਜਦੋਂ ਪਿਓ ਨੂੰ ਬੁਲਾ ਕੇ ਅਸੀਂ ਇਹਨੂੰ ਸਮਝਾਉਣ ਵਾਸਤੇ ਕਿਹਾ ਤੇ ਤੁਹਾਨੂੰ ਲੈ ਆਈ। ਜਨਾਬ ਇਹ ਸਾਡੇ ਤੇ ਝੂਠੇ ਇਲਜ਼ਾਮ ਲਾ ਰਹੇ ਨੇ,
ਨਾ ਤਾਂ ਅਸੀਂ ਕੁੱਟਮਾਰ ਕੀਤੀ ਹੈ ਜੀ, ਅਤੇ ਨਾ ਹੀ ਅਸੀਂ ਦਹੇਜ ਮੰਗਿਆ ਜੀ, ਇਹ ਤਾਂ ਉਹੀ ਕਹੀ ਜਾਂਦੇ ਨੇ ਜੀ। ਗੱਲ ਸੁਣੋ ਮੇਰੀ, ਨਾ ਤਾਂ ਇਹ ਕੁੱਟਮਾਰ ਕਰਦੇ ਨੇ, ਨਾ ਇਹ ਦਹੇਜ ਮੰਗਦੇ ਨੇ। ਸਾਨੂੰ ਇੱਥੇ ਤੂੰ ਐਵੇਂ ਲਿਆ, ਸਾਨੂੰ ਕਾਹਦੇ ਵਾਸਤੇ ਬੁਲਾਇਆ ਸੀ? ਮੈਨੂੰ ਤਾਂ ਗੱਲ ਕੋਈ ਹੋਰ ਲੱਗਦੀ ਹੈ। ਦੇਖੋ ਜਨਾਬ, ਮਾੜੀ ਮੋਟੀ ਸਾਡੇ 'ਚ ਗੱਲ ਤਾਂ ਹੋਈ ਹੈ ਜੀ, ਹੁਣ ਤੁਸੀਂ ਆਪ ਸਿਆਣਿਓ ਜੀ, ਉਨੀ ਕੁ ਲੜਾਈ ਕਿਤੇ ਕਰੀ ਨਹੀਂ ਹੁੰਦੀ। ਜੇ ਤੁਸੀਂ ਫਿਰ ਵੀ ਜਾ ਦੇਗੇ ਨਾ ਤਾਂ ਮੈਂ ਹੱਥ ਜੋੜ ਕੇ ਤਾਂ ਮਾਫ਼ੀ ਮੰਗ ਲੈਂਦਾ ਜੀ। ਅਮਨ, ਮੈਨੂੰ ਮਾਫ਼ ਕਰ ਦੇ, ਮੈਥੋਂ ਗਲਤੀ ਹੋਈ ਹੈ। ਗੱਲ ਸੁਣੋ ਏ, ਮੈਨੂੰ ਤਾਂ ਤੁਹਾਡੀ ਕੁੜੀ 'ਚ ਕਸੂਰ ਲੱਗਦਾ, ਇਹ ਤਾਂ ਵਿਚਾਰਾ ਸਾਹਮਣੇ ਮਾਫ਼ੀਆਂ ਮੰਗਣ ਲੱਗ ਰਿਹਾ। ਤੁਹਾਡੀ ਤਾਂ ਕੁੱਕੜਾਂ ਦੀ ਲੜਾਈ ਹੈ, ਨਿੱਕੀ ਨਿੱਕੀ ਗੱਲ ਪਿੱਛੇ ਥਾਣੇ ਨਹੀਂ ਆਈਂਦਾ, ਪੁਲਿਸ ਨੂੰ ਹੋਰ ਬਥੇਰੇ ਕੰਮ ਆਉਂਦੇ ਨੇ। ਚਲੋ ਚੱਲੀਏ।